भी गलत काम होंगे आप उन्होंने रोकांगे जी। हाँ जे उस तो बाद भी काम होगा फिर असं एक्शन लवेंगे महलेदार तौर पर जोड़ा है जी। महल वाले का कहना कि 7 नंबर कंप्लेट भी की है पर कोई असर नहीं होया जी। हूँ साढ़े ध्यान दे विच अज आ गया जी, जिदा महलेदार कहणगे असं महलेदार दे नाल आ, महलेदारी तौर पर असं सीपी साहब को भी जाना पाया, जाके रिक्वेस्ट करांगे जे कोई काम गलत हुंदा इत्थे तां महल दे मोहवा बंदे हो मैं क्या जी असी बिल्कुल महल के नाल आ, जिथे महल में लौड़ा सू अभी रात को आवाज मार के ठा सकते, कोई दिक्कत नहीं। ਪ੍ਰਾਪਰਟੀ ਕਿਰਾਏ ਤੇ ਦਿੱਤੀ ਹੋਈ ਮੈਂ ਤਕਰੀਬਨ 6-7 ਸਾਲ ਮੈਂ ਨਾਲ ਕੋਈ ਗੱਲ ਨਹੀਂ ਠੀਕ ਹੈ ਜੀ ਮਲੇਣਾ ਸਾਹਿਬ ਕੀ ਰੋਜੀ ਬਿਲਕੁਲ 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 ਜੇ ਕੋਈ ਗਲਤ ਕੰਮ ਆਉਂਦਾ ਤੁਸੀਂ ਨੂੰ ਮੈਂ ਉਹਨੂੰ ਬਿਲਕੁਲ ਵੈਰੀਫਾਈ ਕਰਾਂਗਾ ਬ੍ਰਦਰ ਜੋ ਵੀ ਹੁੰਦਾ ਮੈਂ ਕਰੂੰਗਾ ਲੱਗਦਾ ਹੋ ਗਲਤ ਆਪਾਂ ਕਰ ਬੰਦ ਕਰਾ ਦਾਂਗੇ ਵੀ ਜੀ ਕੋਈ ਇਹੋ ਜੀ ਗੱਲ ਨਹੀਂ ਹੈ ਠੀਕ ਹੈ ਹਾਂਜੀ ਕਮਲ ਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਬਹੁਤ ਵਾਰ ਬੰਦੇ ਮਲੇ ਤੁਸੀਂ ਹਾਂਜੀ ਤੇ ਸਰ ਇੱਥੇ ਮਲਿਆ ਉਤਰਾਜ ਹੈ ਕਿ ਪੀਜੀ ਜੋ ਚੱਲ ਰਹੀ ਹੈ ਹਾਂਜੀ ਉੱਥੇ ਮਤਲਬ ਗਲਤ ਕੰਮ ਹੁੰਦੇ ਕੀ ਕਹਿਣਾ ਚਾਹੁੰਦੇ ਹੋ ਜੇ ਮਲਿਆ ਵਾਲਿਆਂ ਨੂੰ ਉਤਰਾਜ ਹੈ ਜੀ ਇਹਦੇ ਵਿੱਚ ਕੋਈ भी गलत काम होंगे आप उन्होंने रोकांगे जी। हाँ जे उस तो बाद भी काम होगा फिर असं एक्शन लवेंगे महलेदारी तौर पर जोड़ा है जी। महल वाले का कहना कि 7 नंबर कंप्लेट भी की है पर कोई असर नहीं होया। हूँ साढ़े ध्यान दे विच अज आ गया जी, जिदा महलेदार कहणगे असं महलेदार दे नाल आ, महलेदारी तौर पर असं सीपी साहब को भी जाना पाया, जाके रिक्वेस्ट करांगे जे कोई काम गलत हुंदा इत्थे तां महल दे मोहवा बंदे हो ਤੁਹਾਡੀ ਜ਼ਿੰਮੇਵਾਰੀ ਬੰਦੀ ਹੈ। ਮੈਂ ਕਿਹਾ ਜੀ ਅਸੀਂ ਬਿਲਕੁਲ ਮਹੱਲੇ ਦੇ ਨਾਲ ਆ, ਜਿੱਥੇ ਮਹੱਲੇ ਨੂੰ ਲੋੜ ਆ ਸਾਨੂੰ ਅੱਧੀ ਰਾਤ ਨੂੰ ਆਵਾਜ਼ ਮਾਰ ਕੇ ਠਾ ਸਕਦੇ, ਕੋਈ ਦਿੱਕਤ ਨਹੀਂ। ਠੀਕ ਹੈ ਥੈਂਕ ਯੂ। ਹਾਂਜੀ ਬਿਲਾ ਜੀ ਇੱਥੇ ਜਿਹੜੀ ਪੀਜੀ ਚੱਲਦੀ ਹੈ ਆਪਣੀ ਜੀ। ਇਹ ਵੀਰ ਜੀ ਮੈਂ ਪ੍ਰਾਪਰਟੀ ਰੈਂਟ ਤੇ ਦਿੱਤੀ ਹੋਈ ਹੈ, ਅੱਜ ਮੈਨੂੰ ਇਹਨਾਂ ਨੇ ਹੁਣ ਤਕਰੀਬਨ 6-7 ਸਾਲ ਤੋਂ ਪ੍ਰਾਪਰਟੀ ਚੱਲ ਰਹੀ ਹੈ ਜਿਹੜੇ ਹੁਣ ਚੌਥੇ ਮਹੱਲੇ 'ਚੋਂ ਵੀ ਆ ਕੇ ਆਪਣੀ ਬਾਈਟ ਦੇ ਰਿਹਾ ਜਾਂ ਕੁਛ ਕਰ ਰਿਹਾ, ਮੈਨੂੰ ਨਹੀਂ ਪਤਾ ਕੀ ਚੱਕਰ ਹੈ। ਜੇ ਮੇਰੇ ਧਿਆਨ ਦੇ ਵਿੱਚ ਕੋਈ ਵੀ ਗਲਤ ਕੰਮ ਹੋ ਰਿਹਾ ਮੈਂ ਇਹਨੂੰ ਵੈਰੀਫਾਈ ਕਰਕੇ ਤਸੱਲੀ ਕਰਾ ਦਿੰਦੇ ਹਾਂ। ਮੱਲਿਆਂ ਨੂੰ ਇਤਰਾਜ਼ ਹੈ ਵੀ ਇੱਥੇ ਗਲਤ ਕੰਮ ਹੁੰਦੇ ਆ। ਕੋਈ ਗੱਲ ਨਹੀਂ ਆਪਾਂ ਚੈੱਕ ਕਰ ਲੈਂਦੇ ਹਾਂ, ਜੇ ਕੋਈ ਹੋਇਆ ਤਾਂ ਆਪਾਂ ਜ਼ਰੂਰ ਕਰਵਾਵਾਂਗੇ। ਪ੍ਰਾਪਰਟੀ ਮੈਂ ਪ੍ਰਾਪਰਟੀ ਦਾ ਓਨਰ ਹਾਂ, ਪ੍ਰਾਪਰਟੀ ਕਿਰਾਏ ਤੇ ਦਿੱਤੀ ਹੋਈ ਮੈਂ ਤਕਰੀਬਨ 6-7 ਸਾਲ ਤੋਂ। ਮੈਂ ਨਾਲ ਕੋਈ ਗੱਲ ਨਹੀਂ। ਠੀਕ ਹੈ ਜੀ ਮੱਲਿਆਂ ਨੂੰ ਸਾਹਿਬ ਕੀ ਰੋਜੀ ਬਿਲਕੁਲ 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 ਜੇ ਕੋਈ ਗਲਤ ਕੰਮ ਆਉਂਦਾ ਤੁਸੀਂ ਨੂੰ ਮੈਂ ਉਹਨੂੰ ਬਿਲਕੁਲ ਵੈਰੀਫਾਈ ਕਰਾਂਗਾ ਬ੍ਰਦਰ ਜੋ ਵੀ ਹੁੰਦਾ ਮੈਂ ਕਰੂੰਗਾ। ਲੱਗਦਾ ਹੋ ਗਲਤ ਆਪਾਂ ਕਰ ਬੰਦ ਕਰਾ ਦਾਂਗੇ ਵੀ ਜੀ, ਕੋਈ ਇਹੋ ਜੀ ਗੱਲ ਨਹੀਂ ਹੈ। ਠੀਕ ਹੈ ਹਾਂਜੀ ਕਮਲ ਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਬਹੁਤ ਵਾਰ ਬੰਦੇ ਮਿਲੇ ਤੁਸੀਂ। ਹਾਂਜੀ ਤੇ ਸਰ ਇੱਥੇ ਮੱਲਿਆਂ ਨੂੰ ਉਤਰਾਜ ਹੈ ਕਿ ਪੀਜੀ ਜੋ ਚੱਲ ਰਹੀ ਹੈ। ਹਾਂਜੀ ਉੱਥੇ ਮਤਲਬ ਗਲਤ ਕੰਮ ਹੁੰਦੇ ਆ, ਕੀ ਕਹਿਣਾ ਚਾਹੁੰਦੇ ਹੋ? ਜੇ ਮੱਲਿਆਂ ਵਾਲਿਆਂ ਨੂੰ ਉਤਰਾਜ ਹੈ ਜੀ ਇਹਦੇ ਵਿੱਚ ਕੋਈ भी गलत काम होंगे आप उन्होंने रोकांगे जी। हाँ जे उस तो बाद भी काम होगा फिर असं एक्शन लवेंगे महलेदारी तौर पर जोड़ा है जी। महल वाले का कहना कि 7 नंबर कंप्लेट भी की है पर कोई असर नहीं होया जी। हूँ साढ़े ध्यान दे विच अज आ गया जी, जिदा महलेदार कहणगे असं महलेदार दे नाल आ, महलेदारी तौर पर असं सीपी साहब को भी जाना पाया, जाके रिक्वेस्ट करांगे जे कोई काम गलत हुंदा इत्थे तां महल दे मोहवा बंदे हो। ਤੁਹਾਡੀ ਜ਼ਿੰਮੇਵਾਰੀ ਬੰਦੀ ਹੈ। ਮੈਂ ਕਿਹਾ ਜੀ ਅਸੀਂ ਬਿਲਕੁਲ ਮਹੱਲੇ ਦੇ ਨਾਲ ਆ, ਜਿੱਥੇ ਮਹੱਲੇ ਨੂੰ ਲੋੜ ਆ ਸਾਨੂੰ ਅੱਧੀ ਰਾਤ ਨੂੰ ਆਵਾਜ਼ ਮਾਰ ਕੇ ਠਾ ਸਕਦੇ, ਕੋਈ ਦਿੱਕਤ ਨਹੀਂ। ਠੀਕ ਹੈ ਥੈਂਕ ਯੂ।